ਸੁਸਾਈਡ ਨੋਟ ਹੈ ਉਹਦੇ ਮੁਤਾਬਕ ਐਫਆਈਆਰ ਦਰਜ ਹੋ ਗਈ ਸਰ ਦੇਖਿਆ ਜਾਂਦਾ ਸੁਸਾਈਡ ਨੋਟ 'ਚ 13 ਤੋਂ 14 ਜਣਿਆਂ ਦੇ ਨਾਮ ਸੀ ਅਤੇ 14 ਜਣਿਆਂ ਦੇ ਨਾਮ 'ਤੇ ਪਰਚਾ ਦਰਜ ਦੇਖੋ ਜੀ ਜਿਹੜੇ ਸੁਸਾਈਡ ਨੋਟ ਵਿੱਚ ਨਾਂ ਸੀਗੇ ਸਾਰਿਆਂ ਦੇ ਹੀ ਵਿੱਚ ਐਫਆਈਆਰ ਦਰਜ ਹੋਈ ਐਫਆਈਆਰ ਨੰਬਰ ਕਿੰਨਾ ਲਾਂਚ ਕੀਤਾ ਗਿਆ ਕਿਹਦਾ ਐਫਆਈਆਰ ਨੰਬਰ ਕਿੰਨਾ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ।